ਸਵਾਲ ਹੈ ਕਿ ਸਮਾਜ ਹਿੱਤ ਦਾ ਤੁਹਾਡੇ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਏ ਸੀਗੇ ਤਾਂ ਅੱਜ ਤੱਕ ਮੈਨੂੰ ਵੀ ਲੱਗਦਾ 8-10 ਵਾਰ ਮੈਂ ਕਵਰ ਕਰ ਚੁੱਕਿਆ, 2 ਵਾਰ ਤਾਂ ਮੰਤਰੀ ਸਾਹਿਬ ਵੀ ਮੁੱਕਰ ਗਏ, ਇੱਕ ਵਾਰ ਮੇਅਰ ਸਾਹਿਬ ਕਹਿ ਕੇ ਮੁੱਕਰ ਗਏ, ਮਾਫੀ ਚਾਹੁੰਦਾ ਸਾਬਕਾ ਮੰਤਰੀ ਸਾਹਿਬ। ਅਤੇ ਕਿਵੇਂ ਵੇਖਦੇ ਹੋ ਕਿ ਕ੍ਰਾਈਮ ਦੇ ਦਰ ਦੇ ਵਿੱਚ ਰੇਸ਼ੋ ਦੇ ਵਿੱਚ ਇਜ਼ਾਫਾ ਹੋ ਰਿਹਾ ਅਤੇ ਸੀਸੀਟੀਵੀ ਨੂੰ ਲੈ ਕੇ ਕੋਈ ਸੁਇਟ ਤਾਂ ਨਹੀਂ ਦਿੱਤੀ? ਸਰ ਮੈਂ ਜਿਹੜੀ ਮੇਰੀ ਕੋਸ਼ਿਸ਼ ਸੀ, ਮੈਂ ਸਾਰੇ ਸ਼ਹਿਰ ਦੇ ਵਿੱਚ ਨਾ ਮੇਨ ਸੜਕਾਂ 'ਤੇ ਲਗਾ ਦਿੱਤੇ ਸੀ। ਅਗਲੀ ਮੇਰੀ ਜਿਹੜੀ ਨੈਕਸਟ ਸਟੈਪ ਸੀਗਾ ਉਹ ਕਣਕ ਮੰਡੀ ਸਰਾਫਾਂ ਬਾਜ਼ਾਰ, ਜਿੱਥੇ ਬਹੁਤ ਭੀੜੇ ਬਾਜ਼ਾਰ ਸੀ, ਛੋਟੀਆਂ ਮੋਟੀਆਂ ਸਨੈਚਿੰਗ ਦੀਆਂ ਵਾਰਦਾਤਾਂ ਹੁੰਦੀਆਂ ਸੀ। ਅੱਜ ਅਗਰ ਵਾਰਦਾਤਾਂ 'ਚ ਵਾਧਾ ਹੋਇਆ ਇਸ ਕਰਕੇ ਹੋਇਆ ਕਿ ਸੀਸੀਟੀ ਕੈਮਰੇ ਜਿਹੜੇ ਅਸੀਂ ਲਗਾਏ ਸੀ ਸਾਰੇ ਬੰਦ। ਉਹ ਰਾਤ ਨੂੰ ਵੀ ਮੈਂ ਖੁਦ ਜਾ ਕੇ ਜਦੋਂ ਮੰਤਰੀ ਥਾਣਿਆਂ ਦੇ ਵਿੱਚ SSP ਸਾਹਿਬ ਨੂੰ ਨਾਲ ਲੈ ਕੇ ਚੈੱਕ ਕਰਦਾ ਸੀ, ਸਾਰੇ ਕੈਮਰਿਆਂ 'ਚ ਇੱਦਾਂ ਨਜ਼ਰ ਆਉਂਦਾ ਸੀ, ਇੰਨਾ ਕ੍ਰਾਈਮ ਘਟਿਆ ਸੀ। ਦੇਖੋ ਲੋਕ ਚੁਣਦੇ ਨੇ, ਲੋਕਾਂ ਦਾ ਪੈਸਾ, ਲੋਕ ਚੁਣਦੇ ਨੇ ਅਸੀਂ ਕਿਉਂ ਅੱਛਾ ਕੰਮ ਨਾ ਕਰੀਏ। ਔਰ ਇਹ ਕ੍ਰਾਈਮ ਕੰਟਰੋਲ ਕਰਨ ਵਾਸਤੇ ਲਗਾਏ ਗਏ ਸੀ। ਚਲੋ ਪਰਮਾਤਮਾ ਮੌਕਾ ਦੇਵੇਗਾ ਜਦੋਂ। ਹਾਂਜੀ, ਬਿੱਲ ਨਹੀਂ ਪੇ ਹੋਇਆ ਇਸ ਕਰਕੇ ਬੰਦ ਕਰ ਦਿੱਤੇ ਗਏ। ਚਲੋ ਕਾਰਪੋਰੇਸ਼ਨ ਕੋ ਥੋੜ੍ਹੇ ਬਣ ਲੈ ਜੀ, ਕਾਰਪੋਰੇਸ਼ਨ ਕੋ ਥੋੜ੍ਹੇ ਬਣ ਲੈ, ਕਿਉਂ ਨਹੀਂ ਹੋਇਆ? ਪਹਿਲਾਂ ਕਿੱਦਾਂ ਹੋ ਰਿਹਾ ਸੀ, ਸਾਡੇ ਟਾਈਮ 'ਤੇ ਕਿੱਦਾਂ ਹੋ ਰਿਹਾ ਸੀ, ਹੁਣ ਕਿਉਂ ਨਹੀਂ ਹੋਇਆ? ਠੀਕ ਹੈ ਜੀ, ਇਹ ਨੂੰ ਸਾਰੇ ਨੂੰ ਕਰਾਂਗੇ, ਕੋਈ ਐਸੀ ਗੱਲ ਨਹੀਂ। ਥੋੜ੍ਹਾ ਸਮਾਂ ਦਿਓ, ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ, ਉਹਨਾਂ ਨੂੰ ਆਪਣਾ ਸਮਾਂ ਪੂਰਾ ਕਰਨ ਦਿਓ। ਜਦੋਂ ਆਪਣਾ ਸਮਾਂ ਆਏਗਾ ਤੁਹਾਡੇ ਸਾਹਮਣੇ ਰਿਜ਼ਲਟ।